ਤਾਂ ਦੱਸ ਦੇ ਕਿ ਆਈਸਕ੍ਰੀਮ ਖਾ ਰਹੀਆਂ ਕੁੜੀਆਂ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਛੇੜਛਾੜ ਕੀਤੀ ਜਾਂਦੀ ਹੈ ਤੇ ਫਿਰ ਇਹ ਜਦੋਂ ਉੱਥੋਂ ਚਲੀਆਂ ਜਾਂਦੀਆਂ ਨੇ ਤਾਂ ਇਹ ਆਪਣੇ ਸਾਥੀਆਂ ਨੂੰ ਬੁਲਾ ਲੈਂਦੇ ਨੇ ਫਿਰ ਇੱਟਾਂ ਮਾਰ ਮਾਰ ਕੇ ਇਹਨਾਂ ਦੀ ਗੱਡੀ ਭੰਨ ਦਿੰਦੇ ਨੇ ਤਾਂ ਮੌਕੇ ਤੇ ਜਿਸ ਤੋਂ ਬਾਅਦ ਸਾਰਾ ਮਹੱਲਾ ਇਕੱਠਾ ਹੋ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਵੱਲੋਂ ਇਹਨਾਂ ਤੇ ਹਮਲਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਦੱਸ ਦੇ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਟਰੈਵਲਰ ਦੇ ਵਿੱਚ ਬੈਠ ਕੇ ਲੜਕੀ ਆਪਣੇ ਘਰ ਨੂੰ ਜਾ ਰਹੀਆਂ ਹੁੰਦੀਆਂ ਤਾਂ ਰਸਤੇ ਦੇ ਵਿੱਚ ਰੁਕ ਕੇ ਇਹ ਆਈਸਕ੍ਰੀਮ ਖਾਣ ਲੱਗ ਜਾਂਦੀਆਂ ਨੇ ਜਿਸ ਤੋਂ ਬਾਅਦ ਕੁਝ ਨੌਜਵਾਨ ਆਉਂਦੇ ਨੇ ਤੇ ਇਹਨਾਂ ਦੇ ਨਾਲ ਛੇੜਛਾੜ ਕਰਦੇ ਨੇ ਤਾਂ ਲੜਕੀਆਂ ਉੱਥੋਂ ਚਲੀਆਂ ਜਾਂਦੀਆਂ ਨੇ ਆਪਣੀ ਗੱਡੀ ਦੇ ਵਿੱਚ ਬੈਠ ਜਾਂਦੀਆਂ ਫਿਰ ਇਹ ਨੌਜਵਾਨ ਫੋਨ ਕਰਕੇ ਆਪਣੇ ਦੂਸਰੇ ਦੋਸਤਾਂ ਨੂੰ ਵੀ ਬੁਲਾ ਲੈਂਦੇ ਨੇ ਫਿਰ ਮੌਕੇ ਤੇ ਇਹਨਾਂ ਦੇ ਵੱਲੋਂ ਪੱਥਰ ਮਾਰ ਕੇ ਇਹਨਾਂ ਦੀ ਗੱਡੀ ਦੇ ਸ਼ੀਸ਼ੇ ਭੰਨੇ ਜਾਂਦੇ ਨੇ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਐਕਟਿਵਾ ਵੀ ਤੋੜ ਦਿੱਤੀ ਜਾਂਦੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਇਹ ਨੌਜਵਾਨ ਇਕੱਠੇ ਹੋ ਜਾਂਦੇ ਆ ਤਾਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਵੱਲੋਂ ਇੱਕ ਘੰਟੇ ਤੱਕ ਪੱਥਰ ਇੱਟਾਂ ਮਾਰੇ ਜਾਂਦੇ ਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਲੜਕੀਆਂ ਨੇ ਕਿਹਾ ਕਿ ਉਹ ਆਈਸਕ੍ਰੀਮ ਖਾ ਰਹੀਆਂ ਸੀ ਤਾਂ ਪਹਿਲਾਂ ਛੇੜਛਾੜ ਕੀਤੀ ਜਿਸ ਤੋਂ ਬਾਅਦ ਇਹ ਉਹਨਾਂ ਦੀ ਗੱਡੀ ਕੋਲ ਪਹੁੰਚ ਕੇ ਉਹਨਾਂ ਦੀ ਗੱਡੀ ਤੇ ਇੱਟਾਂ ਅਤੇ ਰੋੜੇ ਬਰਸਾਉਣ ਲੱਗ ਜਾਂਦੇ ਨੇ ਤਾਂ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਅਸੀਂ ਆਈਸਕ੍ਰੀਮ ਖਾਣ ਰੁਕੇ ਸੀ ਉੱਥੇ, ਉਹਨਾਂ ਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ, ਸਾਡੇ ਨਾਲ ਛੇੜਖਾਨ ਨਹੀਂ ਕੀਤੀ ਉਹਨਾਂ ਨੇ, ਜਿਹੜੇ ਉਹਨਾਂ ਨੇ ਲਫ਼ਜ਼ ਉੱਥੇ ਬੋਲੇ ਸੀ ਕਦੀ ਸੁਣੇ ਵੀ ਨਹੀਂ ਆ, ਨਾ ਅਸੀਂ ਕਦੀ ਕਿਸੇ ਨੂੰ ਲਫ਼ਜ਼ ਗਾਇਬ ਕੀਤਾ। ਉਹਨਾਂ ਨੇ ਮੁੜ ਕੇ ਉੱਥੋਂ ਅਸੀਂ ਆ ਗਏ ਹਾਂ ਨਵੇੜ ਕੇ ਵਾਪਸ ਤੋਂ ਸਾਡਾ ਪਿੱਛਾ ਕਰਕੇ ਫਿਰ ਇੱਥੇ ਤੱਕ ਆ ਗਏ ਆ, ਠੀਕ ਹੈ। ਇੱਥੇ ਆ ਕੇ ਉਹਨਾਂ ਨੇ ਗੱਡੀ ਦੇ ਵਿੱਚ ਅਸੀਂ ਸੀਗੇ ਬੈਠੀਆਂ ਕੁੜੀਆਂ, ਸਾਡੇ ਤੇ ਹਮਲਾ ਕੀਤਾ ਵਾ, ਇੱਟਾਂ ਵਗੈਰਾ ਮਾਰੀਆਂ, ਉਹਨਾਂ ਨੇ ਵੇਖਿਆ ਨਹੀਂ ਆ ਸਾਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਨਾ ਹੋ ਜਾਵੇ, ਉਹਨਾਂ ਨੇ ਵੇਖਿਆ ਨਹੀਂ ਉੱਥੇ ਮੁੜ ਕੇ ਸਾਰੇ ਇੰਨੇ ਇੱਥੇ ਰੋੜੇ ਵਗੈਰਾ ਸਭ ਕੁਝ ਮਾਰਿਆ ਉਹਨਾਂ ਨੇ ਸਾਰੀ ਗਲੀ ਦੇ ਵਿੱਚ। ਉੱਥੇ ਕਿਸ ਤਰ੍ਹਾਂ ਹੋਇਆ ਸੀ, ਉੱਥੇ ਪੁਲਿਸ ਨੇ ਨਿਬੇੜਿਆ ਸੀ ਕਿਸ ਤਰ੍ਹਾਂ? ਹਾਂਜੀ, ਉੱਥੇ ਨਿਬੇੜਿਆ ਸੀਗਾ ਪੁਲਿਸ ਨੇ, ਬਟ ਉਹ ਫਿਰ ਵੀ ਟਲੇ ਨਹੀਂ, ਮਗਰ ਤੱਕਰ ਆ ਗਏ। ਕਿੰਨੇ ਚਲੇ ਸੀ ਟੋਟਲ? ਕਹਿਣ ਦੀ ਬਹੁਤ ਜ਼ਿਆਦਾ ਸੀਗੇ। ਹਾਂਜੀ, ਪਹਿਲਾਂ ਤਾਂ ਜਦੋਂ ਆਏ ਨਾ ਫਸਟ ਟਾਈਮ ਤਾਂ ਦੋ ਜਾਂ ਤਿੰਨ ਜਣੇ ਹੀ ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਫੋਨ ਕਰ ਕਰਕੇ ਸਾਰੇ ਇੰਨੇ ਜ਼ਿਆਦਾ ਬੁਲਾ ਲਏ, ਉਹ ਇਕੱਠੇ ਹੋ ਹੀ ਗਏ ਸਾਡੇ ਸਾਰੇ ਗਿਣਤੀ ਤੋਂ 6 ਜਣੇ ਸੀਗੇ ਜਿਹੜੇ ਅਸੀਂ ਉਹਨਾਂ ਨੇ ਅੱਗੇ ਨਹੀਂ ਕੁਛ ਹੋਇਆ। ਕੋਈ ਦੁਸ਼ਮਣੀ ਨਹੀਂ ਹੈਗੀ ਭਾਜੀ ਸਾਡੀ, ਅਸੀਂ ਜਾਣਦੇ ਹੀ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਸਾਡੇ ਨਾਲ, ਕੋਈ ਸਾਨੂੰ ਉਹਨਾਂ ਨੇ ਬਸ ਸਿਰਫ ਬਦਤਮੀਜ਼ੀ ਕੀਤੀ ਆ, ਸਾਨੂੰ ਛੇੜਖਾਨੀ ਕੀਤੀ, ਉਹਨਾਂ ਨਾਲ ਸਾਡੇ ਕੋਲ ਨਹੀਂ ਬਰਦਾਸ਼ਤ ਹੋਇਆ, ਅਸੀਂ ਉਹਨਾਂ ਨਾਲ ਜੋ ਵੀ ਅਸੀਂ ਕਰਕੇ ਆਏ ਬਟ ਉਹ ਸਾਡੇ ਪਿੱਛਾ ਕਰਕੇ ਆ ਗਏ। ਹਾਂਜੀ, ਸਾਡੀ ਗੱਡੀ ਤੋੜਤੀ, ਐਕਟਿਵਾ ਵੀ ਤੋੜਤੀ ਆ ਉਹਨਾਂ ਨੇ, ਗੱਡੀ ਐਕਟਿਵਾ ਦਾ ਕੁਛ ਰਹਿਣ ਨਹੀਂ ਦਿੱਤਾ, ਉਹਨਾਂ ਨੂੰ ਦੋ ਸਜ਼ਾ ਹੁਣ ਕੀ ਸਰ। ਰਾਤੀ ਬਹੁਤ ਸਾਡੇ ਨਾਲ ਧੱਕਾ ਆ, ਬਹੁਤ ਜ਼ਿਆਦਾ ਮਾੜਾ ਕੰਮ ਆ, 5-7 ਲੜਕੇ ਸੀ ਉੱਥੇ, ਉਹਨਾਂ ਨੇ ਲੜਕੀਆਂ ਨਾਲ ਛੇੜਖਾਨੀ ਕਰਕੇ ਉਸ ਤੋਂ ਬਾਅਦ ਸਾਡੇ ਇੱਥੇ ਮਗਰ ਆਏ ਆ, ਸਾਡੀ ਗੱਡੀ ਤੋੜਤੀ ਆ, ਪੂਰੇ ਮਹੱਲੇ ਦੇ ਵਿੱਚ ਇੱਟਾਂ ਮਾਰ ਕੇ ਗਏ ਸ਼ਰਮ, 1 ਘੰਟਾ ਇੱਟਾਂ ਮਾਰਦੇ ਰਹੇ ਇੱਥੇ, 1 ਘੰਟਾ ਪੂਰਾ ਸਾਡਾ ਮਹੱਲਾ ਜਾ ਗਿਆ ਸੀਗਾ, ਸਾਨੂੰ ਬਚਾਓ, ਫਿਰ ਸਾਡਾ ਬਚਾ ਹੋਇਆ, ਨਹੀਂ ਤੇ ਸਾਡਾ ਉਹਨਾਂ ਨੇ ਕੁਛ ਨਹੀਂ। ਇੱਕ ਵਾਰੀ ਸਾਡੀ ਉਹਨਾਂ ਨੇ ਇਸ ਤਰ੍ਹਾਂ ਭੰਨੀ, ਕਿਉਂਕਿ ਲੋਹੇ ਦੀ ਜਿਹੜੀ ਅੰਦਰ ਰਾੜ ਹੁੰਦੀ ਆ ਉਹ ਹੈਂਡਲ ਤੱਕ ਉਹਨਾਂ ਨੇ ਦਾਤਰ ਮਾਰ ਮਾਰ ਤੋੜਦੇ ਹੋਏ, ਐਕਟਿਵ ਦਾ ਕੁਛ ਵੀ ਨਹੀਂ ਦਿੱਤਾ ਆ। ਵੀਡੀਓ ਵੀ ਆਈ ਸਾਹਮਣੇ? ਵੀਡੀਓ ਸਾਡੀ ਸਾਰੀ ਵੀਡੀਓ ਹੈਗੀ, ਅਸੀਂ ਕੈਮਰੇ ਲੱਗੇ, ਵੀਡੀਓ ਸਾਰਿਆਂ ਨੇ ਬਣਾਈ ਹੋਈ ਆ, ਵੀਡੀਓ ਪੁਲਿਸ ਕਾਰਵਾਈ ਕਹਿੰਦੇ ਹੀ ਕਰ ਰਹੇ ਆ, ਰਾਤੀ ਗਏ ਸੀ ਉਹਨਾਂ ਦੇ ਕੋਲ, ਉਹਨਾਂ ਨੇ ਕਹਿੰਦੇ ਹੀ ਪਰਚਾ ਦਰਜ ਕਰਤਾ ਵਾ, ਸਵੇਰ ਤੱਕ ਬੰਦੇ ਅਰੈਸਟ ਕਰਾਂਗੇ, ਉਹਨਾਂ ਦੇ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਸਾਨੂੰ ਇਹ ਆ ਕਿ ਸਾਨੂੰ ਸਾਫ਼ ਚਾਹੀਦਾ ਪੂਰਾ, ਬਹੁਤ ਜ਼ਿਆਦਾ ਉਹਨਾਂ ਧੱਕਾ ਕੀਤਾ, ਹੁਣ ਸਾਡੇ ਮੈਂਬਰ ਸੀ ਇਹਨਾਂ ਨੂੰ, ਮਤਲਬ ਕਿ ਉਹਨਾਂ ਨੇ ਮਾਰਨ ਤੱਕ ਗਏ ਆ, ਲੜਕੀਆਂ ਗੱਡੀ 'ਚ ਹੀ, ਗੱਡੀ ਭਾਈ ਟੋਟਲ ਗੰਡਮ ਹੋ ਗਈ ਆ, ਐਕਟਿਵਾ ਵੀ ਗੰਡਮ ਹੋ ਗਈ, ਗੱਡੀ ਵੀ ਪੂਰੀ ਗੰਡਮ ਹੋ ਗਈ ਹੋਈ ਆ।